ਖੋਤੀ ਦੀਆਂ ਵਿੱਚ ਮੈਂ ਲਿਆਂਦੀਆਂ ਫੈਸਲਾਬਾਦ ਚ ਦੋ ਸਟਾਰਾਂ ਇਕੱਠੀਆਂ ਆਈਆਂ ਨੇ ਇੱਕ ਸਾਲ ਤਾੜੀ ਹੋਣੀ ਚਾਹੀਦੀ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਇੰਨੀ ਕੁ ਤਾੜੀ ਮਾਰੋ ਕਿ ਲਾਹੌਰ ਤੱਕ ਪਤਾ ਲੱਗਣ ਦਿਆ ਕਿ ਫੈਸਲਾਬਾਦ ਚ ਵੱਜ ਰਹੀ ਇਸ ਟਾਈਮ ਚਾਲ ਤੋਂ ਪੈਦਲ ਆਉਂਦਾ ਸਾਲਿਆ ਭੈਣਾਂ ਦਾ ਨਸੀਬ ਰੇ ਤੂੰ ਮਰ ਜਾ ਤੇ ਇੱਥੇ ਹੀ ਤੇ ਨੀਂਹ ਦੀ ਗੰਦੀ ਸੀ ਸਾਲਿਆ ਜਿਹਦੇ ਜਿਨ੍ਹਾਂ ਦੀਆਂ ਭੈਣਾਂ ਨੇ ਉਹ ਤਾਂ ਚਿੰਗ ਚਿੱਤ ਆਇਆ ਤੇਰੀ ਟਿਕਟ ਅੱਜ ਕਿਸੇ ਹੋਰ ਨੇ ਭਰੀ ਤੂੰ ਇਹ ਨੀ ਬੋਲ ਰਿਹਾ ਇਹੋ ਜਿਹੇ ਬੰਦੇ ਨੇ ਕਿਸੇ ਦੀ ਸ਼ਾਦੀ ਚ ਵੜ ਜਾ ਨਾ ਕੁੜੀ ਵਾਲੇ ਪੁੱਛਣ ਕਿਧਰੋਂ ਮੁੰਡੇ ਵਾਲੇ ਪਾਸੋਂ ਆਇਆ ਵਾ ਤੇ ਮੁੰਡੇ ਵਾਲੇ ਪੁੱਛਣ ਕਿਧਰੋਂ ਕੁੜੀ ਵਾਲੇ ਪਾਸੋਂ ਆਇਆ ਵਾ ਦੋਵੇਂ ਪਾਰਟੀ ਇਕੱਠੀਆਂ ਪੁੱਛ ਲੈਣ ਮੈਂ ਭਾਂਡੇ ਧੋਣਾ ਕਿੰਨੀਆਂ ਤੋਂ ਗੱਲਾਂ ਕਰਨਾ ਮਹੱਲੇ ਚ ਭਾਵੇਂ ਤੈਨੂੰ ਕਿਸੇ ਨੇ ਬੱਚਾ ਰੱਖਿਆ ਹੋਵੇ ਬਚਪਨ ਚ ਬੜੇ ਸ਼ੌਕ ਨਾਲ ਵੇਖਦੀ ਸਾਂ ਹੁਣ ਮੈਂ ਜਵਾਨ ਹੋਈ ਆ ਮਨ ਲੋੜ ਹੀ ਨਹੀਂ ਪਈ ਨਹੀਂ ਇੰਗਲਿਸ਼ ਫਿਲਮਾਂ ਦੇਖਦੀ ਹੋ ਬਹੁਤ ਸ਼ੌਕ ਸੀ ਦੇਖ ਫਿਰ ਤੈਨੂੰ ਕਾਲਿਆਂ ਦੀ ਕਦਰ ਕਿਉਂ ਨਹੀਂ ਉਹ ਇਸ ਵਾਸਤੇ ਨਹੀਂ ਹੈ ਉਹ ਜਿਹੜੇ ਕਾਲੇ ਹੁੰਦੇ ਨਾ ਉਹਨਾਂ ਦੇ ਏਡੇ ਏਡੇ ਕੱਦ ਹੁੰਦੇ ਨੇ ਤੇ ਤੇਰੇ ਤੇਰੇ ਜਿਹੜੇ ਉਹਨਾਂ ਦੇ ਹਥੋੜੇ ਹੁੰਦੇ ਨੇ ਥੋੜੇ ਹਥੋੜਾ ਥੋੜਾ ਅੱਛਾ ਹੈ ਤੁਸੀਂ ਵੀ ਕੋਈ ਫਿਲਮ ਚਾਹ ਲਓ ਹਾਂਜੀ ਦੋ ਅੜੀਆਂ ਸੀ ਬੜੀਆਂ ਫਿਲਮਾਂ ਵੇਖੀਆਂ ਸੱਚੀ ਓਏ ਹੋਏ ਹੋਏ ਤੁਹਾਡੇ ਗਾਣੇ ਵੇਖ ਵੇਖ ਕੇ ਸਾਡੇ ਪੱਟ ਹੁੰਦੇ ਸੀ ਹਾਂ ਹੁਣ ਝੱਟ ਵੱਢ ਰਿਹਾ ਗਏ ਦੋ ਦੋ ਸਟਾਰਾਂ ਇਕੱਠੀਆਂ ਮਾਸ਼ਾਅੱਲਾ ਮੈਂ ਜਬ ਪੈਟਰੋਲ ਸੀ ਐਨ ਜੀ ਪਿਓ ਤਾਂ ਫਿਰ ਮੈਂ ਝਟਕੇ ਝੁਟਕੇ ਖਾਤਾ ਹੂੰ ਤੁਮ ਝਟਕੇ ਝੁਟਕੇ ਖਾ ਲੈਂਦੇ ਹੋ ਹਾਂਜੀ ਤੂੰ ਨਹੀਂ ਤਾਂ ਝਟਕਾ ਨਹੀਂ ਸਹਿਣਾ ਮੇਰਾ ਮਹਾਰਾਜ ਜੀ ਮੌਲਵੀ ਨੇ ਵੀ ਨਹੀਂ ਦੇਣਾ ਹਾਂ ਭਾਈ ਅਸੀਂ ਇਹਨਾਂ ਦੇ ਝਟਕੇ ਕਿੱਥੇ ਸਹਿ ਸਕਦੇ ਹਾਂ ਕਿੱਥੇ ਸਹਿ ਸਕਦੇ ਹਾਂ ਅਸੀਂ ਨੀਦਾ ਦੇ ਝਟਕੇ ਇਹਨਾਂ ਵਾਲੇ ਪਾਸੇ ਭਾਵੇਂ ਟਰਾਲੀਆਂ ਭਰ ਕੇ ਲਾਇਓ ਇਹਨਾਂ ਦਾ ਜਾਂਦਾ ਕੱਖ ਨਹੀਂ ਸਾਡਾ ਰਹਿੰਦਾ ਕੱਖ ਨਹੀਂ ਇਹ ਫਿਰ ਉੱਠ ਕੇ ਕਹਿੰਦੀਆਂ ਨਾ ਆਈ ਐਮ ਫਰੈਸ਼ ਅਸੀਂ ਡਿੱਗੇ ਪੈਂਦੇ ਛੱਡੋ ਯਾਰ ਇਹ ਕੰਮ ਹੀ ਕੁੱਤਾ ਆਇਆ ਯਾਰ ਤੁਸੀਂ ਲੋ ਰਹੋ 6 ਮਹੀਨੇ ਤੋਂ ਤੁਸੀਂ ਖੋਤਾ ਖਾਣਾ ਰਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਗੱਲ ਦਾ ਜਵਾਬ ਮੈਂ ਦਿੰਦਾ ਤੁਸੀਂ ਲਾਹੌਰੀ ਹੈ ਮੁਲਤਾਨਨ ਮੁਲਤਾਨ ਦੀ ਬੋਲੀ ਮੁਲਤਾਨ ਦੀ ਬੋਲੀ ਬਹੁਤ ਮਿੱਠੀ ਇਹਦੀ ਭੈਣ ਸੁਹਾਗਰਾ ਨੂੰ ਆਪਣੇ ਮੈਨੂੰ ਅੱਗੇ ਬਰਾਵਾ ਥੱਕ ਕੇ ਰੱਖ ਥੱਕ ਕੇ ਕੌਣ ਲੋਕ ਮੇਰੇ ਘਰ ਸੋਹਣੇ ਲੋਕ ਹੋ ਗਏ ਮੈਡਮ ਉਹ ਥੋੜੀ ਸੀ ਬਹੁਤ ਸੀ ਨਾ ਉਹ ਤਕਲੀਫ ਹੋਤੀ ਨਾ ਤਾਂ ਫਿਰ ਐਸੀ ਬੜੇ ਬੜੇ ਲੋਕ ਦੇਖੇ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਦੁੱਧ ਦੇ ਵਿੱਚ ਸੇਵੀਆਂ ਮੈਂ ਬੜੀ ਵਾਰੀ ਵੇਖੀਆਂ ਦੁੱਧ ਦੇ ਤਲੇ ਮੈਂ ਸੇਵੀਆਂ ਪਹਿਲੀ ਵਾਰੀ ਵੇਖ ਰਿਹਾ ਨਿਊਟਲ ਨੇ ਖਾਣੇ ਨੀ ਚਲੋ ਫਿਰ ਇਹ ਬਾਹਾਂ ਵਾਲੇ ਮੈਂ ਖਾ ਲਾਂਗੇ ਤਲੇ ਵਾਲੇ ਇਹ ਖਾ ਲੈਣਗੇ ਉਹਨੇ ਜਿਹੜੀ ਮੰਨਤ ਪੂਰੀ ਹੁੰਦੀ ਉਹ ਚੜਾ ਜਾਂਦਾ
आपका स्पेगेटिस। आप भी पढ़ी लिखी हैं? यस ऑफ कोर्स। कितना पढ़ी लिखी हैं? मैं डबल एमए। क्यों, पहला गलत हो गया था? हाँ, पहले का तो पता नहीं लगता, ऐसे फौरन हो जाता है। दसो सुविधा। ਸ਼ੌਕੀ ਪਹਿਲੇ ਜਿਹੜਾ ਇੰਜ ਹੋ ਜਾਂਦਾ ਹੈ ਨਾ, ਮਰਦ ਦੀ ਕਮਜ਼ੋਰੀ ਹੈ, ਪੜ੍ਹਾਈ ਦਾ ਕਸੂਰ ਨੇ। ਵਾਹ ਵਾਹ, ਮੈਨੂੰ ਪਤਾ ਹੀ ਨਹੀਂ ਸੀ ਤੁਸੀਂ ਪ੍ਰੋਫੈਸਰ ਹੋ। ਪ੍ਰੋਫੈਸਰ ਨਹੀਂ ਬੈਠੇ, ਇਹਨੂੰ ਕਹਿੰਦੇ ਪ੍ਰੈਕਟੀਕਲ। ਜੇ ਕਰ ਲੋਗੇ ਮੁਝੇ ਕਬਲਾ ਲੋਗ ਲਾ ਦਿਆ ਮੁਝੇ ਕਬਲਾ। अच्छा, आप पढ़े लिखे हैं तो मेरे एक सवाल का जवाब देंगी। पूछे। अगर दूध में बाल चला जाए तो बाल निकाल के बंदा दूध पी सकता है? हाँ, डेफिनेटली। अच्छा, पता क्या है? शौकी किन्ना को पीना है? मैं दो एक घुट। ओ तो दिन मैं भी पिया सकना। मैं दो दो पीना यार। बंदा मन ना कूर कूर के वेदा। ना ना, साढ़े भाई ने, साढ़े मौजिद ने, देखो पीछे बैठा है मौजिद, एक घर दस के आया, मैं शबीने तो जा रहा हूँ। शबीने तो जा रहा, सबीना सैनमा, सबीना मोती दिया बच्चिया, शबीने तो जा रहा। आपके बड़े मुलायम है। की जाना है मरे? जाना वापस जा रहे हैं। फिर तुझे कहने चंदी गल नहीं करते। मेरी अच्छी जन्नत ही मर जा रहे हैं। जन्नत में तो हम पहुंच चुके हैं नारी। हाँ? अब हमें दिखाओ दोजख की बारी। आवाज तेरी निकलदी नहीं, भैन तेरी हर हफ्ते निकल जांदी। इस गल्लो ए चंगा सभी ने चीजा मक्खन मालिश करनी है, मक्खन लगाते चेक करो। हार्ड, मैं मक्खन निकालता रहता हूँ। बंगाली मक्खन निकाल के ना, मैं सुबह सुबह इसको दवाई खिलाता हूँ। ये कौन लोग हैं? ओ सालिया, ओ लावण वाली सी, तू चटदा रे। कोई गल नहीं, लेकिन मानो ना पुत्र है ना। हां, बाय द वे तुम हो कौन? मैं बायोलॉजी का प्रोफेसर हूँ। ओ, मैं ड्रामे वाली लड़कियों को अल्लाह के नाम पे औलाद देता हूँ। मेरी औलाद में अक्सर का तो नुक्स रह जाता है। क्या वो हॉल में बैठ के मुझे लानते देने लग जाती है? तो मैडम जी, मैं बायोलॉजी कर रहा हूँ जी। अब उसके अंदर मैं एक पढ़ाई और कर रहा हूँ। वो कौन सी? सोशियोलॉजी। वो क्या होती है? ये हमारे भाई हैं जी, इनकी शादी नहीं हुई। अच्छा। ये अभी मुठियालॉजी कर रहे हैं। और ये बाद में पुंजियालॉजी करते हैं। और ये हमारे जो भाई हैं ना, ये वाले, हाँ, ये अभी चटियालॉजी कर रहे हैं। और ये जो है, ये दलालॉजी कर चुके हैं। ये मेरे भाई है, बुंडियालॉजी कर रहे हैं। ये एक हमशीरा है, वो भी कारोबार कर रही है। कौन सा? लवालोजी पवालोजी, लवालोजी पवालोजी। यार तू तो अपने लड़ा लड़ा लो। मैट्रिक तो बाद में फिर करना लो। लालो जी कर लो जी, नहीं पढ़ाई हुंदी है ओए, फायदेमंद पढ़ाई है एडी लंबी पढ़ाई। ये खूबसूरत लड़का है, ये पवालोजी करता है। पवालोजी बस गुलामाबाद ला देना। मर जाने पेंडिया, फैशन कदी कीता होवे ना, पैसे लग जाए, तू गल कर लेना। आपके कपड़े भी प्यारे हैं, आपकी आंखें भी प्यारी, आप खुद भी प्यारे हैं। आप मैडम, कितना आपके पास हुसन है। थैंक यू। कितना नाम है मैडम खुशबू। बहुत शुक्रिया। आपके पास कितना हुसन है, क्या नाम है मैडम निदा। काश
इतना हुसन मेरे को लौंदा, मेरा ना होंदा है निजा ते खुशबू। मैं कदी पैसे नु तरजीह नहीं सी देनी, मैं इंसानियत नु तरजीह देनी थी। मैं लोगों दे कुंडे खड़का खड़का के पूछना थी कोई रह ता नहीं गया। और ये ते है भी फैसला बाद, ये ते अपनी वारी लेके भी कहंदे अल्लाह दी कसम वे आ दे आया ही हो। वजू करके आया, मैं वजू करके उधर 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 खलो। मिलता नहीं तेरा साढ़े नाल। उधर बंदे भैन